ਹਾਂਜੀ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਤੇ ਵੀਡੀਓ ਪਚਾਇਓ ਸਾਰੇ ਪਾਸੇ ਤੁਹਾਨੂੰ ਦਿਖਾਉਣਾ ਕਰਤੂਤਾ ਇਹਨਾਂ ਦੀਆਂ ਇਹ ਸਾਰਿਓ ਮਿਲੇਓ ਆ ਬਾਈ ਜੀ ਸੋ ਸਾਰਿਆਂ ਨੂੰ ਪਤਾ ਹੀ ਆ ਸ਼ੇਅਰ ਕਰ ਦਿਓ ਜਲਦੀ ਜਲਦੀ ਤੇ ਬਾਕੀ ਕਹਿੰਦੇ ਇਹਨਾਂ ਨੇ ਰੱਖੀ ਸੀ ਸਾਰਿਆਂ ਨੂੰ ਸੱਦਿਆ ਸੀ ਆ ਆਮ ਆਲਿਆ ਨੇ ਤੇ ਕੋਈ ਆਇਆ ਨਹੀਂ ਤੇ ਮੈਂ ਇਹ ਵੀ ਸੁਣਿਆ ਆ ਕਿ ਭਾਈ ਜੀ ਜਿਹੜੇ ਇਹਨਾਂ ਦੇ ਚਾਪਲੂਸ ਪੱਤਰਕਾਰ ਆ ਉਹਨਾਂ ਨੂੰ ਹੀ ਆਉਣ ਦਿੱਤਾ ਹੋਰ ਲੋਕਾਂ ਨੂੰ ਆਉਣਾ ਹੀ ਨਹੀਂ ਦਿੱਤਾ ਤੁਸੀਂ ਕੀ ਸੋਚਦੇ ਆ ਜੋ ਇਹਨਾਂ ਨੇ ਲੁਧਿਆਣਾ ਵਿੱਚ ਰੱਖੀ ਸੀ ਵੀ ਸਾਰਿਆਂ ਨੂੰ ਸੱਦਿਆ ਸੀ ਉਹ ਸਕਸੈਸ ਮਿਲੀ ਉਸ ਨੂੰ ਉਹ ਸਹੀ ਜਾਂ ਨਹੀਂ ਸਾਰੇ ਹੀ ਦੱਸਿਓ ਤੁਸੀਂ ਕੀ ਸੋਚਦੇ ਆ ਸੋ ਮੈਂ ਕਈਆਂ ਤੋਂ ਸੁਣਿਆ ਹੀ ਨਹੀਂ ਆਪਣੇ ਚਾਪਲੂਸਾਂ ਨੂੰ ਹੀ ਸੱਦਿਆ ਸੋ ਉਦਾਂ ਹੀ ਸੀ ਲੋਕਾਂ ਨੂੰ ਮੂਰਖਾ ਹੀ ਕੀਤਾ ਬਾਕੀ ਲੋਕਾਂ ਨੇ ਤੁਸੀਂ ਸਾਰਿਆਂ ਨੇ ਦੱਸਣਾ ਜੋਇਨਾ ਨੇ ਪਹਿਨਰ ਰੱਖਿਆ ਸੀ ਸਾਰੇ ਨੂੰ ਸੱਦਿਆ ਸੀ ਵੀ ਸਾਰੇ ਹੀ ਆਓ ਲੀਡਰ ਸੋ ਕੀ ਕਹਿਣਾ ਚਾਹੁੰਦੇ ਆ ਸੋ ਦੇਖ ਸਕਦੇ ਸਾਰੇ ਮਿਲਿਓ ਆ ਭਰਾਵੋ ਤੁਹਾਨੂੰ ਕਰਤੂਤਾਂ ਦਿਖਾਣਾ ਸ਼ੇਅਰ ਕਰ ਦਿਓ ਜਲਦੀ ਜਲਦੀ ਨੋਟੀਫਿਕੇਸ਼ਨ ਥੋੜੇ ਜੇ ਲੋਕਾਂ ਨੂੰ ਜਾਂਦਾ ਆਪਣਾ ਸੋ ਦੇਖ ਸਕਦੇ ਆ ਸੋ ਆਦੀ ਤਸਵੀਰ ਮੈਂ ਕਿਉਂ ਦਿਖਾਈ ਇੰਦਰਾ ਦੇ ਪੁੱਤ ਦੀ ਸਾਰਿਆਂ ਨੂੰ ਪਤਾ ਹੀ ਆ ਮੇਰੇ ਮੂੰਹੋਂ ਸੁਣਦਾ 77 ਦਾ ਤੇਰਾ ਜਨਮਿਆ 84 ਚ ਸਿੱਖਾਂ ਨੂੰ ਮਾਰਿਆ ਸੀਗਾ ਤੇ ਕਹਿੰਦਾ ਮੇਰੀ ਜ਼ਿੰਦਗੀ ਚ ਕੁਛ ਮਾਰਾ ਕੀਤਾ ਨਹੀਂ ਤੇਰੀ ਤਾਂ ਨਲੀ ਆਉਂਦੀ ਹੁਣੀ ਉਦੋਂ 84 ਚ ਤੈਨੂੰ ਕੀ ਪਤਾ ਕੀ ਭਾਣੇ ਵਰਤੇ 5 6 ਸਾਲ ਦੇ ਨੂੰ ਐ ਨਿੱਕਰ ਬਾਕੇ ਤੂੰ ਦੌੜਾ ਫਿਰਦਾ ਹੁਣ ਗਲੀਆਂ 'ਚ ਤੇ ਮਾਰਦਾ ਗੱਲਾਂ ਵੀ ਸਿੱਖਾਂ ਨੂੰ ਮਾਰ ਰਿਆ ਹੀ ਨੀਗਾ ਹਾਂਜੀ ਸਭ ਨੂੰ ਪਤਾ ਏ ਮੱਧ ਪ੍ਰਦੇਸ਼ ਗਿਆ ਵੋਟਾਂ 'ਚ ਕਿਦਾਂ ਇੱਕਲੀਨ ਚਿੱਟ ਦੇਈ ਜਾਂਦਾ ਜਿਨ੍ਹਾਂ ਨੇ ਸਿੱਖਾਂ ਨੂੰ ਮਾਰਿਆ ਇਹਦੀਆਂ ਕਰਤੂਤਾਂ ਸਾਰਿਆਂ ਨੂੰ ਪਤਾ ਹੀ ਆ ਦੇਖ ਲਓ ਇਹਨਾਂ ਦੇ ਹਾਲ ਇਹਨੂੰ ਪ੍ਰਧਾਨਗੀ ਐਵੇਂ ਨਹੀਂ ਮਿਲੀ ਇਹਨੂੰ ਚਾਪਲੂਸੀਆਂ ਕਰ ਕਰ ਰਾਹੁਲ ਗਾਂਧੀ ਦੀਆਂ ਪ੍ਰਧਾਨਗੀ ਮਿਲੀ ਨਹੀਂ ਤਾਂ ਵਧੀਆ ਲੀਡਰ ਇਨਾਂ ਕੋਲ ਬੈਠੇ ਸੀਗੇ ਹਾਂਜੀ ਇੰਦਰਾ ਨੂੰ ਮਾਂ ਕਹੇ ਕਿ ਇਹਨੂੰ ਪ੍ਰਧਾਨਗੀ ਮਿਲੀ ਆ ਹੈ ਕੋਈ ਇਹਨਾਂ ਦਾ ਦੀਨ ਮਾਨ ਇੰਦਰਾ ਦੇ ਪੁੱਤ ਦਾ ਹੈ ਮਾਰਦਾ ਗੱਲਾਂ ਆਖੇ ਜੀ ਉਹਨੇ ਤਾਂ ਮਾਰੇ ਹੀ ਨਹੀਂ ਸੇਖਾਂ ਪਾਉ ਵੋਟਾਂ ਜੀ ਮੈਂ ਸੇਖਿਆ ਪੱਗ ਬੰਨ ਕੇ ਉਹ ਸ਼ਰਮ ਕਰੋ ਸ਼ਰਮ ਵੋਟਾਂ ਰਾਜਨੀਤੀ ਨਹੀਂ ਸਾਰਾ ਕੁਝ ਹੁੰਦਾ ਆ ਜ਼ਮੀਰਨਾ ਦੀ ਕੋਈ ਚੀਜ਼ ਹੁੰਦੀ ਆ ਇੰਦਰਾ ਨੂੰ ਮਾਂ ਕਹਿਣ ਵਾਲਿਆ ਕਿੱਥੇ ਤੂੰ ਲੇਖਾ ਦਊਂਗਾ ਆਇਆ ਸੀ ਅਮਰੀਕਾ ਧੜਾਇਆ ਸੀ ਨਾ ਸਿੱਖਾਂ ਨੇ ਮੋਰੇ ਮੋਰੇ ਕਿੱਥੇ ਲੇਖਾ ਦਊਂਗਾ ਥੋੜਾ ਬਹੁਤ ਕਰ ਲਿਆ ਕਰੋ ਸੋ ਤੁਸੀਂ ਇੱਥੋਂ ਆਈਡੀਆ ਲਾ ਸਕਦੇ ਆ ਜਿਹੜਾ ਇੰਦਰਾ ਨੂੰ ਮਾਂ ਕਹਿੰਦਾ ਸ਼ਰਿਆਮ ਉਹਨੇ ਕਲੀਨ ਚਿਟਾ ਹੀ ਦੇਣੀ ਆ ਜਿਹਨੇ ਸਿੱਖਾਂ ਨੂੰ ਮਾਰਿਆ ਗਲਾਂ ਗਲਾਂ 'ਚ ਟਾਇਰ ਪਾਪ ਆ ਗਏ ਸੋ ਇਹਨਾਂ ਦੀਆਂ ਇਹ ਤਾਂ ਕਰਤੂਤਾ ਆ ਹੋਰ ਤੁਹਾਨੂੰ ਦਿਖਾਉਨੇ ਆ ਤੇ ਬਾਦਲ ਹੁਣੀ ਕਿਹੜਾ ਘਟਿਆ ਮਰ ਗਿਆ ਪਾਪੀ ਆ ਦੇ ਫੇ ਪੋਲ ਨੂੰ ਹੀ ਭੇਟ ਕਰ ਰਿਹਾ ਆ ਜਿਹਦੀ ਰੈਲੀ ਤੇ ਸਗਾ ਰਾਜਾ ਬੜਿੰਗ ਸੋ ਦੇਖ ਸਕਦੇ ਆ ਇਹ ਸਾਰੇ ਮਿਲਿਓ ਆ ਯਾਰ ਮੈਂ ਤਾਂ ਕਹਿੰਦਾ ਲੋਕ ਸਦਾਈ ਆ ਜਿਹੜੇ ਪਿੰਡਾਂ ਚ ਬੈਰ ਪਾਉਂਦੇ ਇੱਕ ਦੂਜੇ ਨਾਲ ਤੂੰ ਕਾਲੀ ਕੂ ਤੂੰ ਕਾਂਗਰਸੀ ਤੂੰ ਆਮ ਆਲਾ ਸਾਰੇ ਮਿਲਿਓ ਆ ਅੱਥੋਂ ਅੱਜ ਤੁਸੀਂ ਐਵੇਂ ਬੈਰ ਪਾਉਣੇ ਛੱਤਰ ਖੰਨੇ ਲੋਕਾਂ ਨਾਲ ਹੈ ਆ ਸਾਰੇ ਮਿਲਿਓ ਆ ਦੇਖ ਲੋ ਜਿਨ੍ਹਾਂ ਨੇ ਸਿੱਖਾਂ ਨੂੰ ਮਾਰਿਆ ਚੌਣ ਚੌਣ ਉਹਨਾਂ ਨੂੰ ਆ ਫੁੱਲ ਦੇ ਰਿਹਾ ਬਾਦਲ ਪਾਪੀ ਦੇਖ ਲਓ ਹਾਂਜੀ ਤੇ ਬਾਕੀ ਆ ਜਾਓ ਹੋਰ ਦਿਖਾਉਣੇ ਤੁਹਾਨੂੰ ਤੇ ਬਾਈ ਜੀ ਚੱਕਰ ਪਤਾ ਕੀ ਯਾਰ ਆਪਾਂ ਸਾਡੀ ਕੌਮ ਆ ਇੱਕ ਜਿਹੜੀ ਭੁੱਲ ਜਾਂਦੀ ਆਪਣੇ ਸ਼ਹੀਦਾਂ ਨੂੰ ਸੋ ਜਸਵੰਤ ਸਿੰਘ ਖਾਲੜਾ ਜੀ ਦਾ ਅੱਜ ਜਨਮ ਦਿਨ ਆ ਉਹ ਸਾਡੇ ਨਾਲੋਂ ਤਾਂ ਗੋਰੇ ਹੀ ਲੱਖਾਂ ਲੱਖਾਂ ਬਹੁਤ ਚੰਗੇ ਆ ਜਿਹੜੇ ਮੁੱਲ ਤਾਂ ਪਾਉਂਦੇ ਕਿਸੇ ਦੀ ਸ਼ਹੀਦੀ ਦਾ ਠੀਕ ਹੈ ਨਾ ਸਾਨੂੰ ਤਾਂ ਪਤਾ ਹੀ ਨਹੀਂ ਕਿਸੇ ਨੂੰ ਅੱਜ ਭਾਈ ਖਾਲੜਾ ਜੀ ਦਾ ਜਨਮ ਦਿਨ ਆ ਦੇਖ ਲਓ ਅਮਰੀਕਾ 'ਚ ਪਾਰਕਾਂ ਦੇ ਨਾਂ ਭਾਈ ਖਾਲੜਾ ਜੀ ਦੇ ਨਾਂ ਤੇ ਰੱਖੇ ਸਪੈਸ਼ਲ ਆ ਦੇਖ ਲਓ ਹਾਂਜੀ ਗੋਰਿਆਂ ਕਾਲਿਆਂ ਦੇ ਵਿੱਚ ਤਸਵੀਰਾਂ ਇਹਨਾਂ ਦੀਆਂ ਆ ਉੱਥੇ ਅਮਰੀਕਾ ਦੇ ਸ਼ਹਿਰਾਂ 'ਚ ਸੋ ਸਾਡੇ ਨਾਲ ਉਹਦਾ ਭਰਾਵੋ ਇਹੀ ਚੰਗੇ ਆ ਇਹਨਾਂ ਲਈ ਇਹਨਾਂ ਨੇ ਸਿੱਧੀ ਪਾਈ ਉਹਨਾਂ ਨੂੰ ਪਤਾ ਹੀ ਨਹੀਂ ਕਿਸੇ ਨੂੰ ਭਾਈ ਕੌਣ ਸੀ ਆਪਾਂ ਤਾਂ ਬੋਟਾਂ 'ਚ ਵੀ ਤੁਹਾਨੂੰ ਪਤਾ ਹੀ ਕਿੰਨੀਆਂ ਕੁ ਬੋਟਾਂ ਪਾਈਆਂ ਸੀ ਹਾਂਜੀ ਸੋ ਸ਼ੇਅਰ ਕਰਕੇ ਸਾਰਿਆਂ ਨੂੰ ਦੱਸਿਓ ਇਹਨਾਂ ਬਾਰੇ ਕਰਿਓ ਤੇ ਇਹ ਵੀ ਸਾਡੇ ਅੰਗੋ ਭਾਈ ਜੀ ਕੈਨੇਡਾ ਅਮਰੀਕਾ ਸੌਖੇ ਹੀ ਰਹਿ ਸਕਦੇ ਸੀਗੇ ਪਰ ਇਹਨਾਂ ਨੇ ਕਿਹਾ ਨਹੀਂ ਜੀ ਯਾਰ ਮੇਰੀ ਕੌਮ ਨੂੰ ਉਹ ਭਰਾਵਾ ਸਿੱਧੀ ਗੱਲ ਆ ਕੌਮ ਕੋਈ ਨਹੀਂ ਮੁੱਲ ਪਾਉਂਦਾ ਸਿੱਧੀ ਜੀ ਗੱਲ ਆ ਸੋ ਸਾਰਿਆਂ ਨੂੰ ਆਪੋ ਧਾਪੀ ਆ ਵੀ ਭਾਈ ਸਾਡਾ ਸਾਰਾ ਕੁਝ ਸੈੱਟ ਹੋਵੇ ਚਾਰ ਪੈਸੇ ਆਉਣ ਸੋ ਕੌਮ ਬਾਈ ਜੀ ਅੱਜ ਕੱਲ ਕੋਈ ਨਹੀਂ ਪੁੱਛਦਾ ਸੋ ਬਾਕੀ ਜਿਨ੍ਹਾਂ ਨੇ ਕੌਮ ਦੀ ਲਈ ਕੁਛ ਕੀਤਾ ਉਹਨਾਂ ਦੇ ਪਰਿਵਾਰ ਪਛਤਾ ਰਹੇ ਐ ਇਸ ਵੇਲੇ ਵੀ ਭਾਈ ਆਪਾਂ ਕਿਹੜੀ ਕੌਮ ਲਈ ਕੀ ਕਰਤਾ ਇਹ ਗੱਲਾਂ ਸੱਚੀਆਂ ਆ ਇਹ ਕੋਈ ਝੂਠੀਆਂ ਨਹੀਂ ਗੀਆਂ ਤੁਹਾਨੂੰ ਵੀ ਪਤਾ ਹੀ ਆ ਸੁਦੇਸ਼ ਸਕਦੇ ਆ ਹਾਂਜੀ ਆਜੋ ਅੱਗੇ ਚੱਲਦੇ ਆ ਸੋ ਹਾਂਜੀ ਭਾਈ ਖਲੜਾ ਜੀ ਦਾ ਅੱਜ ਜਨਮ ਦਿਨ ਆ ਜਿਹੜੇ ਸਾਡੇ ਪੰਜਾਬੀਆਂ ਲਈ ਸ਼ਹੀਦ ਹੋਏ ਸਿੱਖਾਂ ਲਈ ਤੇ ਮੋਲੇਨਾ ਦਾ ਵੀ ਨਹੀਂ ਆਪਾਂ ਪਾਇਆ ਮੋਲਾ ਤਾਂ ਕਿਸੇ ਵੀ ਸ਼ਹੀਦਾਂ ਨਹੀਂ ਪਾਇਆ ਭਰਾਵੋ ਸਿੱਧੀ ਜਿਹੜੀ ਸੱਚੀ ਗੱਲ ਆ ਠੀਕ ਆ ਨਾ ਤੇ ਆ ਜਾਓ ਤੇ ਉਧਰ ਬਾਈ ਜੀ ਆਮ ਪਾਰਟੀ ਇੱਕ ਪਾਸੇ ਇੱਥੇ ਕਹੀ ਜਾਂਦੇ ਵੀ ਪਾਣੀ ਸਾਡਾ ਆ ਪੰਜਾਬੀਆਂ ਦਾ ਨਾਲੇ ਬਾਰਡਰ ਟੱਪ ਕੇ ਚਲ ਜਾਓ ਉਧਰ ਇਹ ਕਹੀ ਜਾਂਦੇ ਝਾੜੂ ਵਾਲਿਓ ਤੁਹਾਡਾ ਕੋਈ ਸਟੈਂਡ ਹੈਗਾ ਪਹਿਲਾਂ ਤੁਸੀਂ ਇਹ ਤਾਂ ਦੱਸ ਦਿਓ ਲੋਕਾਂ ਨੂੰ ਵੀ ਪਾਣੀ ਹੈਗਾ ਕਿਹਦਾ ਆ ਬਾਰਡਰ ਟੱਪ ਕੇ ਚਲ ਜਾਓ ਜੀ ਪਾਣੀ ਹਰਿਆਣੇ ਦਾ ਉੱਥੇ ਆਮ ਪਾਰਟੀ ਰੌਲਾ ਪਾਈ ਜਾਂਦੀ ਆਪਾਂ ਇੱਕ ਤਪਕਾ ਵੀ ਨਹੀਂ ਜਾਣਦੇ ਨਾ ਪੰਜਾਬੀਆਂ ਨੂੰ ਹੈ ਇੱਧਰ ਕਹੀ ਜਾਂਦੇ ਆਪਾਂ ਉਧਰ ਨੂੰ ਨਹੀਂ ਜਾਣ ਦੇਣਾ ਉਹੀ ਮੂਰਖਾਂ ਨੂੰ ਹੋਰ ਮੂਰਖ ਬਣਾਈ ਜਾਂਦੇ ਆ ਭੇਡਾਂ ਨੂੰ ਪਿੱਛੇ ਲਾ ਕੇ ਭੇਡਾਂ ਦੀ ਕਰਾਈ ਜਾਂਦੇ ਆ ਹਾਂਜੀ ਆ ਦੇਖ ਲਓ ਹੈ ਆ ਫੋਟੋ ਜਿੱਥੋਂ ਮੈਂ ਲਈ ਹੈ ਵੀਡੀਓ ਸ਼ਰਿਆਮ ਕਹਿ ਰਿਹਾ ਵੀ ਇੱਕ ਤੋਪਕਾ ਵੀ ਆਪਾਂ ਪੰਜਾਬੀਆਂ ਨੂੰ ਨਹੀਂ ਜਾਣ ਦੇਣਾ ਕੌਣ ਕਹਿ ਰਿਹਾ ਪਾਰਟੀ ਤੁਹਾਡੇ ਸਾਹਮਣੇ ਲਿਖੀ ਹੋਆ ਸੋ ਝਾੜੂ ਹਾਂਜੀ ਸੋ ਇਹਨਾਂ ਨੇ ਵੀ ਕਈਆਂ ਤੇ ਦਿਮਾਗ ਤੇ ਝਾੜੂ ਫੇਰ ਕੇ ਉਹਨਾਂ ਨੂੰ ਭੇਡਾਂ ਹੀ ਬਣਾ ਦਿੱਤਾ ਵੀ ਤੁਸੀਂ ਸੋਚਣਾ ਨਹੀਂ ਕੁਝ ਜਿੱਧਰ ਨੂੰ ਆਪਾਂ ਤੁਹਾਨੂੰ ਤੋਰਤਾ ਉਧਰ ਹੀ ਕਰਕੇ ਤੁਰ ਜਾਣਾ ਆ ਠੀਕ ਹੈ ਜੀ ਆਜੋ ਅੱਗੇ ਚੱਲਦੇ ਆ ਭੇਡਾਂ ਨਾ ਬਣਿਆ ਕਰੋ ਕਿਸੇ ਦੀ ਤੇ ਐਵੇਂ ਹੀ ਹਾਂਜੀ ਤੇ ਸਫਾਈਆਂ ਦਿੰਦੇ ਰਹਨੇ ਆ ਏਦਾਂ ਜੀ ਉਹ ਏਦਾਂ ਆ ਜਿਹੜੇ ਝੂਠੇ ਆ ਤੇ ਝੂਠੇ ਆ ਉਹ ਸਾਡੇ ਨਾਲ ਤੇ ਮੀਡੀਆ ਨੇ ਬਾਈ ਜੀ ਪੰਜਾਬੀਆਂ ਨੂੰ ਉਹੋ ਕਰਨ ਲਈ ਇੰਨਾ ਜ਼ੋਰ ਲਾ ਰੱਖਿਆ ਵੀ ਅੱਗਾਂ ਲਾ ਰਿਆ ਪਰਾਲੀਆਂ ਨੂੰ ਉਹ ਵੀ ਦਿਖਾਉਣਾ ਤੇ ਸਾਡੇ ਵਾਲੀਆਂ ਤਾਂ ਇੰਸਟਾਗ੍ਰam ਤੇ ਨੱਚੀ ਜਾਂਦੀਆਂ ਠੁਮਕੇ ਲਾਈ ਜਾਂਦੀਆਂ ਆ ਦੇਖ ਲਓ ਤੁਸੀਂ ਵੀ ਦੇਖ ਲਿਆ ਹੋਣਾ ਜਿਨ੍ਹਾਂ ਨੂੰ ਨਹੀਂ ਪਤਾ ਹਰਿਆਣੇਆਂ ਦੀਆਂ ਹਜ਼ਾਰਾਂ ਕੁੜੀਆਂ ਨੇ ਸੋਹਾ ਖਾਧੀਆਂ ਕਰਵਾ ਚੌਥ ਤੇ ਪਈ ਜਦ ਤੱਕ SYL ਦਾ ਪਾਣੀ ਨਹੀਂ ਪੀਂਦੀਆਂ ਜੋ ਵੀ ਆ ਪਈ ਆਉਣ ਵਾਲੇ ਸਾਲ ਚ ਕਰਵਾ ਚੌਥ ਆਪਾਂ SYL ਦੇ ਪਾਣੀ ਨਾਲ ਉਹ ਕਰਨਾ ਏ ਬਾਈ ਜੀ ਇਹ ਕੀ ਚੱਕਰ ਆ ਇੱਕ ਅੱਧੀ ਨੇ ਨਹੀਂ 11 ਕੁੜੀਆਂ ਨੇ ਵੀਡੀਓ ਇਹ ਕੀਤੀ ਆ ਵੀ ਐਸਵਾਈਐਲ ਦਾ ਪਾਣੀ ਪੀ ਕੇ ਕਰਵਾ ਚੌਥ ਦਾ ਵਰਤ ਆਉਣ ਵਾਲੇ ਸਾਲਾਂ ਚ ਆਪਾਂ ਕਰਨਾ ਆ ਸੋ ਦੇਖ ਸਕਦੇ ਹਾਂ ਵੀਡੀਓ ਮੇਰੇ ਸਾਹਮਣੇ ਹੈ ਇਸ ਸਕਰੀਨ ਸ਼ਾਟ ਮੈਂ ਲੈਏ ਤੁਹਾਨੂੰ ਸੋ ਜੇ ਇਹਨਾਂ ਦੀਆਂ ਫੋਟੋਆਂ ਦਿਖਾਉਣ ਲੱਗਿਆ ਦਿਹਾੜੀ ਲੰਘ ਜਾਣੀ ਆ ਸੋ ਇਹ ਸਾਰੀਆਂ ਸੌ ਖਾ ਰਹੀਆਂ ਵੀ ਆਪਾਂ ਐਸਵਾਈਐਲ ਸੋ ਸਾਡੇ ਵਾਲੀਆਂ ਨੂੰ ਕਿਸੇ ਨੂੰ ਵੀ ਪੁੱਛ ਲਓ ਹਾਂਜੀ ਐਸਵਾਈਐਲ ਦਾ ਉਹਨਾਂ ਨੂੰ ਪਤਾ ਹੀ ਨਹੀਂ ਹੋਣਾ ਵੀ ਮੁੱਦਾ ਕੀ ਆ ਚੱਕਰ ਕੀ ਆ ਤੁਹਾਡੇ ਨਾਲੋਂ ਸੱਚੀ ਬਾਈ ਜੀ ਆ ਚੰਗੀਆਂ ਹੈ ਸੋ ਟਾਈਮ ਮੈਨੇਜ ਬੈਠ ਠਮਕਿਆਂ ਤੋਂ ਥੋੜਾ ਉਹ ਹਾਂਜੀ ਨੱਚੀ ਜਾਂਦੀਆਂ ਯਾਰ ਇੰਸਟਾਗ੍ਰਾਮ ਤੇ ਠੀਕ ਆ ਨੱਚਣਾ ਮਾੜੀ ਗੱਲ ਨਹੀਂ ਪਰ ਕੋਈ ਸਮਾਂ ਹੁੰਦਾ ਸੱਤ ਦੇ ਸੱਤ 30 ਦੇ 30 ਦਿਨ ਨੱਚੀ ਜਾਂਦੀਆਂ ਬਸ ਹਾਂਜੀ ਦੇਖ ਲਓ ਹੈ ਸੋ ਆ ਸੌਹਾ ਖਾ ਗਿਆ ਕੋਈ ਬਾਈ ਜੀ ਕਾਫੀ ਔਰਤਾਂ ਦੀਆਂ ਫੋਟੋਆਂ ਆ ਇਹ ਸਾਰੀਆਂ ਨੇ ਇੱਥੇ ਆਪ ਆਉਣ ਵਾਲਾ ਜਿਹੜਾ ਆ ਐਸਵਾਈਐਲ ਦਾ ਕਰਨਾ ਦੇਖ ਲਓ ਉਹਨਾਂ ਦਾ ਆਪਣੇ ਆਪਣੇ ਰਾਜ ਲਈ ਉਹਨਾਂ ਦਾ ਪਿਆਰ ਕਿੰਨਾ ਆ ਹਾਂਜੀ ਤੇ ਆਪਣੇ ਵਾਲੇ ਪਾਸੇ ਕਿਸ ਨੂੰ ਪੁੱਛ ਕੇ ਦੇਖ ਲਿਓ ਐਸਵਾਈਐਲ ਤੇ ਦੂਜਾ মিডিਆ ਬਾਈ ਜੀ ਯਾਰ ਪੰਜਾਬੀਆਂ ਨਾਲ ਸ਼ੁਰੂ ਤੋਂ ਹੀ ਮਾੜੀ ਹੁੰਦੀ ਆ ਰਹੀ ਆ ਚੱਕਰਬਤ ਮੈਂ ਦੀ ਗੱਲ ਤਾਂ ਉਹੀ ਆ ਆਪਣੇ ਲੋਕ ਹੁਣ ਸੋਸ਼ਲ ਮੀਡੀਆ ਤੇ ਆਪਣੇ ਤੁਸੀਂ ਦੇਖ ਲਿਓ ਕਿੱਦਾਂ ਸਾਡੀ ਭੰਡੀ ਕੀਤੀ ਜਾ ਰਹੀ ਹੈ ਕਿਸੇ ਨੂੰ ਹਈ ਨਹੀਂ ਯਾਰ ਵੀ ਕੋਈ ਹਾਂਜੀ ਵੀ ਸਾਡੇ ਪੰਜਾਬੀਆਂ ਨੂੰ ਸਿੱਖਾਂ ਨੂੰ ਕਿਉਂ ਮਾਰਾ ਗਿਆ ਯਾਰ ਆ ਹਾਂਜੀ ਸੋਸ਼ਲ ਮੀਡੀਆ ਕੋਈ ਵੀ ਖੋਲ ਲਓ ਇਹ ਪੰਜਾਬੀ ਹੈ ਦਾ ਅੱਗਾਂ ਲਾ ਰਹੇ ਆ ਨਹੀਂ ਸਾਰਾ ਹੀ ਦੇਸ਼ ਹੋ ਕਰਤਾ ਆ ਦੇਖ ਲਓ ਜੀ ਆ ਭਾਰਤ ਦਾ ਨਕਸ਼ਾ ਆ ਜਿਹੜਾ ਲਾਲ ਲਾ ਲਿਆ ਇਹ ਪੰਜਾਬੀਆਂ ਦਾ ਦਿਖਾਇਆ ਜਾ ਰਿਹਾ ਜੋ ਉਹ ਦੱਸ ਰਹੇ ਮੈਂ ਤੁਹਾਨੂੰ ਦੱਸ ਦ ਰਿਹਾ ਇਹ ਅੱਗਾਂ ਲਾ ਰਹੇ ਆ ਇਹ ਸਾਰੇ ਦੇਸ਼ ਵਾਲਿਆਂ ਦਾ ਸਾਰੋਕ ਰਹੇ ਆ ਇਹ ਐਦਾਂ ਆ ਜੀ ਹੁੰਦਾ ਆ ਇਹ ਪੰਜਾਬੀ ਐਦਾਂ ਆ ਇਹ ਸਿੱਖ ਐਦਾਂ ਆ ਇਹ ਅਤਵਾਦੀ ਆ ਏ ਬਾਈ ਜੀ ਮੈਂ ਇਹ ਕੋਈ ਝੂਠੀ ਗੱਲ ਨਹੀਂ ਕਹਿ ਰਿਹਾ ਸੋ ਵੈਸੇ ਪਹਿਲੀ ਦਾ ਗੱਲ ਜਿਹਨੂੰ ਜਿਹਨੂੰ ਐਕਸ ਕਿਹਾ ਜਾਂਦਾ ਅੱਜ ਕੱਲ ਉਹ ਆਪਣੇ ਪੰਜਾਬੀ ਵਰਤਦਾ ਹੀ ਨਹੀਂ ਸਿੱਧੀ ਗੱਲ ਹੈ ਕੰਮ ਦੀ ਐਪ ਤਾਂ ਆਪਾਂ ਵਰਤਦਾ ਹੀ ਨਹੀਂਗੇ ਠੀਕ ਹੈ ਨਾ ਸੋ ਆ ਦੇਖ ਲਓ ਇਹਦੇ ਟ੍ਰੈਂਡਿੰਗ ਚ ਆ ਤੁਹਾਨੂੰ ਮੈਂ ਦਿਖਾ ਦਿੰਦਾ ਕੈਨੇਡਾ ਦੇ ਟ੍ਰੈਂਡਿੰਗ ਚ ਪੰਜਾਬ ਆ ਰਿਹਾ ਟ੍ਰੈਂਡਿੰਗ ਇਨ ਪੰਜਾਬ ਆ ਦੇਖੋ ਪੰਜਾਬ ਆ ਰਿਹਾ ਨਾ ਆ ਮੈਂ ਕੈਨੇਡਾ 'ਚ ਬੈਠਾ ਸਰੀਚ ਇਥੇ ਕਲਿੱਕ ਕਰਕੇ ਦੇਖ ਲਿਓ ਬਾਈ ਜੀ ਕਿੱਦਾਂ ਸਾਨੂੰ ਭੰਡਿਆ ਜਾ ਰਿਹਾ ਕੋ ਕੋ ਕੇ ਤੇ ਇਹ ਤਾਂ ਐਦਾਂ ਆ ਇਹ ਤਾਂ ਉਦਾਂ ਆ ਇਹ ਐਦਾਂ ਆ ਹਾਂਜੀ ਅਤਵਾਦੀ ਇਹ ਦੇਸ਼ ਵਾਲਿਆਂ ਦਾ ਹੀ ਨਹੀਂ ਸਾਰੋ ਕੇ ਮਾਰ ਦੇਣਾ ਸਾਡਾ ਇਹ ਗੱਲਾਂ ਵਿੱਚ ਕੋਲੋਂ ਨਹੀਂ ਕਹਿ ਰਿਆਂ ਦੇਖ ਲਿਓ ਪਹਿਲੀ ਤਾਂ ਗੱਲ ਤੁਸੀਂ ਇਹ ਐਪ ਵਰਤਦੇ ਹੀ ਨਹੀਂ ਹੁਣੇ ਸੋ ਸਾਰਿਆਂ ਨੂੰ ਇਹ ਬੇਨਤੀ ਇਹ ਐਪ ਤੇ ਆਓ ਸੋ ਮਾੜਾ ਮੋਟਾ ਭਾਈ ਉਹ ਪੰਜਾਬ 'ਚ ਜੰਮੇ ਹੋਣ ਦੇ ਨਾਤੇ ਥੋੜਾ ਪੰਜਾਬ ਦੇ ਲਈ ਦੁੱਖ ਦਰਦ ਉਹ ਕਰ ਲਿਆ ਕਰੋ ਠੀਕ ਹੈ ਨਾ ਇਹ ਵਾਲੀ ਐਪ ਜਿਹਨੂੰ ਪਹਿਲਾਂ ਉਹ ਕਹਿੰਦੇ ਸੀ ਹਾਂਜੀ ਹੁਣ ਐਕਸ ਕਿਹਾ ਜਾਂਦਾ ਪਤਾ ਹੀ ਆ ਸਭ ਨੂੰ ਹਾਂਜੀ ਤੇ ਆ ਜਾਓ ਅੱਗੇ ਚੱਲਦੇ ਆ ਸੋ ਬਾਕੀ ਆ ਦੇਖ ਲਓ মিডিਆ ਵੀ ਭਰਾਵੋ ਹਾਂਜੀ ਸੋਸ਼ਲ ਮੀਡੀਆ মিডিਆ ਪਤਾ ਨਹੀਂ ਯਾਰ ਇਹਨਾਂ ਦਾ ਪੰਜਾਬ ਨਾਲ ਸਿੱਖਾਂ ਨਾਲ ਕੀ ਬਹਿ ਰਿਆ ਸਾਰੇ ਦੇਸ਼ ਦਾ ਸਾਰੇ ਦੇਸ਼ ਦਾ ਹੀ ਭਾਈ ਜੀ ਆ ਦੇਖ ਲਓ মিডিਆ ਵੀ ਪਿੱਛੇ ਅੱਗਾ ਵਾਲੀਆਂ ਦਿਖਾ ਕੇ ਇਹ ਜੀ ਪਰਾਲੀਆਂ ਨੂੰ ਅੱਗਾਂ ਲਾਈ ਜਾਂਦੇ ਆ ਇਹ ਜੀ ਹਾਂਜੀ ਇਹ ਦਿੱਲੀ ਵਾਲਿਆਂ ਦਾ ਇਹ ਜੂਪੀ ਵਾਲਿਆਂ ਦਾ ਸਾਰੋਗ ਦੇਣਾ ਨਹੀਂ ਇਹਨਾਂ ਤੇ ਆ ਕਰੋ ਇਹਨਾਂ ਤੇ ਆ ਕਰੋ ਸੋ ਦੇਖ ਲਓ ਭਾਈ ਜੀ ਸੋਸ਼ਲ ਮੀਡੀਆ ਜਿਹੜਾ ਆਪਣੇ ਟੀਵੀ ਚੈਨਲ ਹੋਏ ਸਾਰਾ ਗੋਦੀ মিডিਆ ਰੋਜ਼ 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 ਤੇ ਉਹਦੇ ਭਈ ਪੰਜਾਬ ਦੇ ਹੱਕ ਚ ਜੇ ਐਵੇਂ ਕੋਈ ਦੇਖਾ ਭਈ ਕੋਈ ਗੱਲ ਕਰ ਰਿਆ ਕੋਈ ਹੋਊ 100 ਚੋਂ ਇੱਕ ਜਿਹੜਾ ਇਹਨਾਂ ਨੂੰ ਰਿਪਲਾਈ ਕਰ ਰਿਆ ਨਹੀਂ ਤਾਂ ਸਾਰੇ ਇਹੀ ਆ ਸੋ ਮੇਰੀ ਪੰਜਾਬੀ ਭਾਈਚਾਰੇ ਨੂੰ ਬੇਨਤੀ ਆ ਸੋ ਪੰਜਾਬ ਦੇ ਲਈ ਵੀ ਥੋੜਾ ਕੁਝ ਕਿਤੇ ਲਿਖ ਦਿਆ ਕਰੋ ਜਾਂ ਕੁਝ ਕਰ ਦਿਆ ਕਰੋ ਹਾਂਜੀ ਤੇ ਬਾਕੀ ਬਾਈ ਜੀ ਨਾਲ ਤੇ ਨਕਲੀ ਸਿੱਖ ਤਾਂ ਇਹਨਾਂ ਦੀਆਂ ਫੌਜਾਂ ਹਜ਼ਾਰਾਂ ਚ ਤਿਆਰ ਹੋ ਗਈਆਂ ਨਕਲੀ ਸਿੱਖਾਂ ਦੀਆਂ ਇਹਨਾਂ ਦੀ ਸੋ ਦੇਖ ਸਕਦੇ ਆ ਸੋ ਇਹ ਨਿਹੰਗ ਬਣਾ ਕੇ ਉਹਨਾਂ ਨੂੰ ਅਸੂਟੇ ਲਵਾਏ ਜਾ ਰਹੇ ਸਿਗਟਾਂ ਦੇ ਤੇ ਥੱਲੇ ਉਹ ਜਿਹੜਾ ਹੁੰਦਾ ਆ ਫੋਲੋਇੰਗ ਪੇਪਰ ਥੱਲੇ ਕੀ ਇਹਨੂੰ ਕਹਿੰਦਾ ਯਾਰ ਹੈਰੋਇਨ ਸਮੈਗ ਚਿੱਟਾ ਮੈਨੂੰ ਤਾਂ ਐਵੇਂ ਹੀ ਕਮ ਇਹਨਾਂ ਚੰਤਰ ਹੀ ਨਹੀਂ ਪਤਾ ਹੈਰੋਇਨ ਸਮੈਗ ਚਿੱਟਾ ਕਰੈਕ ਲਾਈਕ ਉਹ ਕੋਕਾ ਇਹ ਕਿਹੜੀਆਂ-ਕਿਹੜੀਆਂ ਚੀਜ਼ਾਂ ਹੁੰਦੀਆਂ ਮੈਨੂੰ ਸੱਚੀ ਨਹੀਂ ਪਤਾ ਕਿਉਂਕਿ ਮੈਂ ਕਦੀ ਅੱਜ ਤਾਈਂ ਪੀਤਾ ਨਹੀਂ ਸੋ ਕਿਸੇ ਨੂੰ ਪਤਾ ਤਾਂ ਦੱਸਿਓ ਆ ਦੇਖ ਲਓ ਆ ਨਿਹੰਗ ਸਿੰਘ ਬਾਣੇ ਸਿਗਟ ਪੀ ਰਿਆ ਉਹ ਫੋਲੋਇੰਗ ਦਾ ਜਿਹੜਾ ਹੁੰਦਾ ਹਾਂਜੀ ਜਿਹਦੇ ਜਿਹਦੇ ਥੱਲੇ ਅੱਗ ਵਾਲ ਕੇ ਉਹ ਚਿੱਟਾ ਜਿਆ ਉੱਤੇ ਪਾਗੇ ਉਹ ਪੀਂਦੇ ਹੁੰਦੇ ਆ ਤੁਹਾਡੇ ਸਾਹਮਣੇ ਆ ਐਡਿਟ ਕੀਤੀ ਤਸਵੀਰ ਨਹੀਂ ਸੋ ਸਿੱਖਾਂ ਜਿਨ੍ਹਾਂ ਨੇ ਪੂਰੇ ਆਪਣੇ ਨਗਲੀ ਸਿੱਖ ਵੀ ਭਰਤੀ ਕਰਤੇ ਆ ਸੋ ਨਿਹੰਗਾਂ ਦੇ ਬਾਣਿਆਂ 'ਚ ਜਾਂ ਸਿੱਖਾਂ ਦੇ ਬਾਣਿਆਂ 'ਚ ਕੁਛ ਐਦਾਂ ਨਹੀਂ ਆਉਣ ਵਾਲੇ ਸਮਿਆਂ 'ਚ ਕਰਤੂਤਾਂ ਹੋਈਆਂ ਲਓ ਬਾਈ ਜੀ ਹਾਂਜੀ ਇਹਨਾਂ ਦੀ ਕਾਫੀ ਵੱਡੀ ਫੌਜ ਤਿਆਰ ਹੋ ਗਈ ਨਾ ਅਗਲੀ ਸਿੱਖਾਂ ਦੀ ਤੇ ਹੋਰ ਦਿਖਾਉਣੇ ਆ ਸੋ ਸਾਰਿਆਂ ਨੂੰ ਬੇਨਤੀ ਆ ਬਾਈ ਸੋ ਆਪਾਂ ਜਿਹੜੀ ਸ਼ੁਰੂ ਚ ਵੀ ਇੱਕ ਫੋਟੋ ਦਿਖਾਈ ਸੀ ਸੋ ਜਿਹੜੀ ਦੱਸਿਆ ਸੀ ਵੀ ਡਿਬੇਟ ਹੋਣੀ ਆ ਸਾਰਿਆਂ ਲੀਡਰਾਂ ਦੀ ਇਦਾਂ ਉਦਾਂ ਸੋ ਦੱਸਿਓ ਬਾਈ ਜੀ ਕਿਉਂਕਿ ਹਾਂਜੀ ਮੈਂ ਤਾਂ ਇਹੀ ਜ਼ਿਆਦਾਤਰ ਦੇਖਿਆ ਵੀ ਆਪਣੇ ਜਿਹੜੇ ਪੱਤਰਕਾਰ ਜਿਹੜੇ ਵਧੀਆ ਹੱਕ ਸੱਚ ਦੀ ਗੱਲ ਕਰਦੇ ਉਹਨਾਂ ਨੂੰ ਅੰਦਰ ਹੀ ਨਹੀਂ ਜਾਣ ਦਿੱਤਾ ਜਿਹੜੇ ਚਾਪਲੂਸ ਆ ਚਾਪਲੂਸੀਆਂ ਕਰਦੇ ਆ ਉਹਨਾਂ ਨੂੰ ਅੰਦਰ ਆਉਣ ਦਿੱਤਾ ਹਾਂਜੀ ਲੀਡਰ ਕੋਈ ਆਇਆ ਨਹੀਂ ਆਪੀ ਇਕੱਲੀ ਕੁਰਸੀ ਤੇ ਬਾਕੀ 4-5 ਕੁਰਸੀਆਂ ਖਾਲੀ ਸੀ ਸੋ ਤੁਸੀਂ ਜ਼ਰੂਰ ਕਮੈਂਟਾਂ 'ਚ ਦੱਸਿਓ ਜਿਹੜੀ ਇਹਨਾਂ ਨੇ ਰੱਖੀ ਸੀ ਸਾਰੀਆਂ ਪਾਰਟੀਆਂ ਦੀ ਉਹ ਸਕਸੈਸ ਸੀ ਜਾਂ ਐਵੇਂ ਡਰਾਮਾ ਹੀ ਸੀ ਕਮੈਂਟ ਕਰਿਓ ਬਦੋ ਬਦ ਤਾਂ ਜੋ ਮੈਨੂੰ ਵੀ ਪਤਾ ਲੱਗੇ ਮੈਂ ਵੀ ਹੋਰਾਂ ਨੂੰ ਦੱਸਾਂ ਤੇ ਬਾਕੀ ਹੋਰ ਫੋਟੋਆਂ ਦਿਖਾਉਣਾ ਫੇਰ ਮੇਰੀ ਬੇਨਤੀ ਆ ਇਹ ਸਭ ਰਲਿਓ ਆ ਭਰਾਵੋ ਆ ਦੇਖ ਲਓ ਇੰਦਰਾ ਦੇ ਪੁੱਤ ਨਾਲ ਦੇਖ ਲਓ ਕਿੱਦਾਂ ਹੱਸ ਹੱਸ ਗੱਲਾਂ ਮਾਰ ਰਹੇ ਆ ਬਜੱਫੀਆਂ ਮੈਨੂੰ ਇਹੀ ਬੇਨਤੀ ਆ ਲੜਿਆ ਨਾ ਕਰੋ ਆਪਸ ਵਿੱਚ ਨਾ ਲੜਿਆ ਕਰੋ ਲੀਡਰਾਂ ਦੇ ਪਿੱਛੇ ਵੀ ਆਹ ਪਾਰਟੀ ਐਵੇਂ ਆ ਤੁਸੀਂ ਭਰਾਵਾਂ 'ਚ ਬੈਰ ਪਵਾ ਲੈਨੇ ਆ ਇਹ ਸ਼ਾਮ ਨੂੰ ਇਕੱਠੇ दारूਾਂ ਪੀਂਦੇ ਬੱਕਰੇ ਖਾਂਦੇ ਆ ਤੇ ਹੱਸਦੇ ਆ ਵੀ ਇਦਾਂ ਦੇ ਮੂਰਖ ਕਿਤੇ ਉਹ ਲੈ ਕੇ ਆਣੇ ਆ ਹਾਂਜੀ ਛਤਰਖਾਨੇ ਇਹਨਾਂ ਦੇ ਪਿੱਛੇ ਇੱਕ ਦੂਜੇ ਨਾਲ ਜੂਤ ਪਤਾੰਗ ਕਰਦੇ ਆ ਕੋਈ ਫਾਇਦਾ ਨਹੀਂ ਠੀਕ ਹੈ ਜੀ ਤੇ ਹੋਰ ਵੀ ਬਹੁਤ ਫੋਟੋਆਂ ਸੀਗੀਆਂ ਸੋ ਆ ਦੇਖ ਸਕਦੇ ਆ ਆ ਫੋਟੋ ਮੇਰੀ ਸਭ ਤੋਂ ਵਧੀਆ ਮੈਨੂੰ ਸੋ ਅੱਜ ਦੇ ਦਿਨ ਭਾਈ ਸ਼ਹੀਦ ਜਸਵੰਤ ਸਿੰਘ ਖਾਲੜਾ ਜੀ ਦਾ ਜਨਮ ਦਿਨ ਤਾਂ ਚਲੋ ਕਿਸ ਨੂੰ ਪਤਾ ਨਹੀਂ ਸ਼ਾਰੂ ਖਾਨ ਦਾ ਤਾਂ ਸਾਰਿਆਂ ਨੂੰ ਹੀ ਪਤਾ ਆ ਠੀਕ ਹੈ ਅੱਜ ਸ਼ਾਰੂ ਖਾਨ ਦਾ ਵੀ ਸ਼ਾਇਦ 2 ਤਰੀਕ ਨੂੰ ਤੇ ਅੱਜ ਦੇ ਦਿਨ ਹੀ ਦੁਨੀਆ ਚ ਸਭ ਤੋਂ ਪਹਿਲਾ ਅਮਰੀਕਾ ਦਾ ਰਾਸ਼ਟਰਪਤੀ ਵਾਈਟ ਹਾਊਸ ਚ ਗਿਆ ਸੀਗਾ ਇੱਕ ਤਰੀਕ ਨੂੰ ਗਿਆ ਸੀ ਅੱਜ 2 ਆ ਸੋ ਕੱਲ ਮੈਂ ਉਹ ਦੱਸਣਾ ਸੀ ਕੱਲ ਮੈਂ ਵੀਡੀਓ ਨਹੀਂ ਪਾਈ ਕਿਉਂਕਿ ਕਲਿੱਕਾ ਹੀ ਨਹੀਂ ਕਰਦੇ ਹੋਰ ਇੱਕ ਤਰੀਕ ਦਾ ਕੱਲ ਦਾ ਬਹੁਤ ਇਤਿਹਾਸ ਸੀਗਾ ਵੀ ਫਰਾਂਸ ਵਾਲਿਆਂ ਨੇ ਪੋਂਡੀਚੇਰੀ ਤੇ ਹੋਰ ਕਿਹੜੀ-ਕਿਹੜੀ ਜਗ੍ਹਾ ਇੰਡੀਆ ਨੂੰ ਦਿੱਤੀਆਂ ਸੀ ਪੰਜਾਬ ਨੂੰ ਵੰਡਿਆ 66 ਦੇ 1 ਤਰੀਕ ਨੂੰ ਕਾਫੀ ਗੱਲਾਂ ਸੀਗੀਆਂ ਇੱਕ ਤਰੀਕ ਦੀਆਂ ਵੀ ਕੱਲ ਮੈਂ ਵੀਡੀਓ ਨਹੀਂ ਕੀਤੀ ਹਾਂਜੀ ਸੋ ਇਹ ਆ ਜੀ 1984 ਚ ਸਪੇਸ ਵਾਕ ਕੀਤੀ ਸੀ ਇਨਸਾਨ ਮਕੈਂਡਲਸ ਸੋ ਦੇਖ ਸਕਦੇ ਆ ਇਹਦੇ ਆਲੇ ਦੁਆਲੇ ਕੁਛ ਨਹੀਂਗਾ ਸਪੇਸ ਵਾਕ ਜਿਹੜਾ ਅੰਤਰਰਾਸ਼ਟਰੀ ਸਪੇਸ ਸਟੇਸ਼ਨ ਉਹ ਹੁੰਦੀ ਆ ਉਹਦੇ ਆਲੇ ਦੁਆਲੇ ਘੁੰਮਦੇ ਹੁੰਦੇ ਰਸਤੀਆਂ ਬਣ ਕੇ ਇਹ 1984 ਜੀ ਬਰੂਸ ਮਕੈਂਡਲਸ ਨੇ ਕੀਤੀ ਸੀ ਕੋਈ ਰੱਸੀ ਨਹੀਂ ਬਣੀ ਉਹ ਕੋਈ ਕੁਝ ਨਹੀਂ ਤੁਹਾਡੇ ਸਾਹਮਣੇ ਆ ਇਦਾਂ ਹੀ ਉੜਿਆ ਫਿਰਦਾ ਸਪੇਸ ਤੇ ਬਰੂਸ ਮਕੈਂਡਲਸ ਸਰਚ ਕਰ ਲਿਓ ਤੇ ਬੱਚਿਆਂ ਨੂੰ ਵੀ ਦੱਸਿਓ ਇਹਦੇ ਬਾਰੇ ਸਟੱਡੀ ਕਰਨ ਵੀ ਇਹ ਕੀ ਸਿਸਟਮ ਸੀਗਾ 1984 ਜੀ ਨੇ ਕੀਤੀ ਸੀ ਹਾਂਜੀ ਸੋ ਦੇਖ ਸਕਦੇ ਆ ਸੋ ਬੇਨਤੀ ਆ ਜੀ ਵੱਧੋ ਵੱਧ ਸਪੋਰਟ ਕਰਿਆ ਕਰੋ ਤੇ ਹਾਂਜੀ ਤਾਂ ਜੋ ਆਪਾਂ ਹੋਰ ਹੱਕ ਸੱਚ ਦੀ ਗੱਲ ਕਰਦੇ ਰਹੀਏ ਆਪਣੇ ਪੰਜਾਬ ਦੇ ਆਪਣੇ ਹੱਕਾਂ ਦੀ ਆਪਣੇ ਹਿੱਤਾਂ ਦੀ ਸੋ ਚਾਪਲੂਸ ਪੱਤਰਕਾਰ ਤਾਂ ਸਾਰੇ ਤੁਹਾਨੂੰ ਪਤਾ ਹੈਗੇ ਆ ਹਾਂਜੀ ਕਿਹੜੇ ਕਿਹੜੇ ਆ ਤੇ ਆ ਇੰਦਰਾ ਦੇ ਪੁੱਤ ਨੂੰ ਬੇਨਤੀ ਆ ਭਰਾਵਾ ਤੂੰ ਕਲੀਨ ਚਿੱਟ ਤੂੰ ਦੇਣ ਵਾਲਾ ਕੌਣ ਹੁੰਦਾ 7 ਸਾਲ 77 ਦਾ ਜਨਮਿਆ 7 ਸਾਲ ਦਾ ਸੀ ਫੇਰ ਉਹ ਗੱਲ ਰਿਪੀਟ ਕਰਦਾ ਸੋ ਤੂੰ ਜਿਹਨੂੰ ਮਾਂ ਕਹਿੰਨਾ ਤਲਵੇ ਚਟਕੇ ਰਾਹੁਲ ਗਾਂਧੀ ਦੇ ਪ੍ਰਧਾਨਗੀ ਮਿਲੀ ਆ ਇਹਨਾਂ bina ਥੱਲੇ ਡੇਗਾ ਸੋ ਮਰ ਮਰ ਕੇ ਰੱਬ ਨੂੰ ਵੀ ਮੂੰਹ ਦਿਖਾਉਣਾ ਆ ਠੀਕ ਹੈ ਨਾ ਸੋ ਸ਼ੇਅਰ ਕਰਿਓ ਤੇ ਦੱਸਿਓ ਜਿਹੜੀ ਡਿਬੇਟ ਹੋਈ ਉਹ ਕਿੱਦਾਂ ਸੀਗੀ ਕੀ ਸੀ ਉਹਦੇ ਬਾਰੇ ਦੱਸਿਓ ਜੀ ਕਮੈਂਟਾਂ 'ਚ ਸੋ ਸਭ ਨੂੰ ਇੱਕ ਰਿਕਵੈਸਟ ਏ ਬਾਈ ਜੀ ਦੇਖ ਲਓ 3 ਸਾਲ ਹੋ ਗਏ ਕਹਿੰਦੇ ਇਹਨੂੰ ਵੈਸੇ ਕਰਦੇ ਤਾਂ ਤੁਸੀਂ ਹੈ ਨਹੀਂਗੇ ਸੋ ਕਹਿ ਹੀ ਸਕਦੇ ਆ ਹਾਂਜੀ ਸੋ ਸਾਰੀਆਂ ਵੀਡੀਓ ਉਹਨਾਂ ਤੇ ਲਿੰਕ ਪਾਈ ਦਾ ਲਿੰਕ ਤੇ ਕਲਿੱਕ ਕਰਨਾ ਹਾਂਜੀ ਸੋ ਉਹਦੇ ਬਾਰੇ ਵੀ ਦੱਸਾਂਗੇ ਸੋ ਆ ਦੇਖ ਲਓ ਹਾਂਜੀ ਕਲਿੱਕ ਕਰਨਾ ਜੀ ਤੁਸੀਂ ਆਪਣਾ ਵਟਸਐਪ ਚੈਨਲ ਉਹ ਪਤਾ ਨਹੀਂ ਕੀ ਚੱਕਰ ਹੋਇਆ ਉਹ ਡਿਲੀਟ ਹੋ ਗਿਆ ਕੱਲ ਨੂੰ ਫਿਰ ਤਿਆਰ ਕਰਦੇ ਹਾਂ ਉੱਤੇ ਲਿੰਕ ਪਾਇਆ ਕਰਾਂਗੇ ਕੋਈ ਕੈਨੇਡਾ ਆਉਣਾ ਚਾਹੁੰਦਾ ਜਾਂ ਯੂਰਪ ਸੋ ਕੱਲ ਨੂੰ ਉਹਦੇ ਦੱਸਾਂਗੇ ਲਓ ਜੀ ਆ ਪਾਇਆ ਨਾ ਹਿੰਦੀ ਚ ਸਵਾਲ .ca ਹਲੋ ਇਦਾਂ ਓਪਨ ਹੋ ਜਾਣੀ ਆ ਐਡ ਆਉਣੀ ਆ ਇੱਕ ਉੱਤੇ ਆਉਣੀ ਆ ਇੱਕ ਥੱਲੇ ਪਹਿਲਾਂ ਹਿੰਦੀ ਰੇਡੀਓ ਸੀ ਹੁਣ ਹਿੰਦੀ ਚ ਸਵਾਲ ਆ ਇੱਥੇ ਨਿਊਜ਼ ਵੀ ਪਾਈ ਦੀਆਂ ਕੈਨੇਡਾ ਆਉਣ ਦੇ ਲਈ ਜਾਂ ਜੋ ਵੀ ਹੈ ਤੁਹਾਡੇ ਕੰਮ ਲਈ ਨਵੀਂ ਆ ਹੋਰ ਸਾਈਟ ਆ ਉਹ ਹਿੰਦੀ ਰੇਡੀਓ ਸੀ ਇਹ ਹਿੰਦੀ ਚ ਸਵਾਲ ਆ ਤੁਹਾ ਦੇਖ ਸਕਦੇ ਆ ਜਿੱਤੇ ਕਲਿੱਕ ਕਰਨਾ ਐਡਾ ਤੁਹਾਨੂੰ ਪਤਾ ਲੱਗ ਗਈ ਜਾਣੀਆਂ ਹਾਂਜੀ ਸੋ ਕਰ ਦਿਓ ਜੀ ਕਲਿੱਕ ਤੇਂਦਰਾ ਦੇ ਪੁੱਤਾਂ ਟਲਜਾਦੂ ਭਰਾਵਾ ਹਾਂਜੀ ਤੇ ਇਹੀ ਬੇਨਤੀ ਕਰ ਸਕਦੇ ਆ ਪ੍ਰਧਾਨਗੀਆਂ ਨਹੀਂ ਸਾਰਾ ਕੁਝ ਹੁੰਦੀਆਂ ਸਹੀ ਹੈ ਨਾ ਓਕੇ ਕਰਿਓ ਕਮੈਂਟ ਵੱਧੋ ਵੱਧ ਤੇ ਦੱਸਿਓ ਜਿਹੜੀ ਡਿਬੇਟ ਜਈ ਸੀ ਉਹ ਸਹੀ ਸੀ ਜਾਂ ਉਦੋਂ ਹੀ ਡਰਾਮਾ ਸੀ ਭੇਡਾਂ ਨੂੰ ਕਰਾਉਣ ਲਈ ਸ਼ੁਕਰੀਆ ਵੱਧੋ ਵੱਧ ਸ਼ੇਅਰ ਕਰਿਓ ਕਮੈਂਟ ਵੀ ਤੇ ਜਸਵੰਤ ਸਿੰਘ ਖਾਲੜਾ ਸ਼ਹੀਦਾਂ ਨੂੰ ਹਾਂਜੀ ਯਾਦ ਕਰ ਲਿਓ